ਕੀਤਾ ਜਾ ਰਿਹਾ। ਤੈਨੂੰ ਕਿਹਾ ਨਾ ਸੋਰੀਆ ਮੇਰੋ ਜਾਣਾ ਵੈਕਟਰੀ ਨਾ ਮੈਨੇ। ਓਏ ਤੂੰ ਤਾਂ ਨੇ ਸਦਾ ਸੁਪਨਾ ਤਬਾਹ ਕਰ ਛੋੜਿਆ ਨਾ ਮਰਾਦ, ਕਿਉਂ ਕੀਤਾ ਤਾਂ ਤੰਸਿਲ ਬੋਏ ਦੇ ਨਾਲ ਬੋਏ ਬੋਏ ਡਿਡ ਯੂ ਬ੍ਰੇਕ ਮਾਈ ਹਾਰਟ। ਪਰ ਇਹ ਮਾਰ ਰਾਜ ਬੇਟ ਦੇ ਹਿੱਕ ਚਟ ਤੂੰ ਪਹਿਲਾਂ ਹੱਥ ਤੇ ਧੋ। ਤੈਨੂੰ ਕਹਿ ਦਿੰਦਾ ਸੋਰੀ ਐ ਮੈਂ ਸਰ ਜੜ ਜਾਣਾ, ਤੇਰਾ ਸੁਪਨਾ ਟੁੱਟਾ ਮੇਰਾ ਤਾਂ ਟੁੱਟਿਆ ਆ। ਆਇਆ ਵੱਡਾ ਸਾਲਾ ਇੱਥੇ ਕੰਮ ਸਿਰ ਬੋਏ ਦਾ। ਓਏ ਹੁਣ ਹੱਥ ਪੂਜ ਤੇ ਲੈਣੇ ਸਨ। ਤੈਨੂੰ ਕਿਹੜੇ ਕਹਿ ਸੀ ਪੂਜਾ ਦੇ ਸਿਰ ਤੇ ਸੱਤਾ ਸੋਟਾ ਮਾਰਦੀ ਹੈ, ਮੈਂ ਆਪੇ ਨੂੰ ਹੌਲੀ ਹੌਲੀ ਸਮਝਾ ਰਿਹਾ ਸੀ। ਆਇਆ ਵੱਡਾ ਹਰੀਸ਼ ਚੰਦਰ ਦੀ ਔਲਾਦ ਫਿਰ ਸੀ। ਅਸਾਂ ਦੇ ਤਰੇ ਚਾਟੇ ਮਰੇ ਨੋ ਪ੍ਰੋਬਲਮ, ਪਰ ਅਸਾਂ ਦੇ ਡੈਡੀ ਦਾ ਨਾਮ ਦੱਦ ਨਹੀਂ ਜੇ ਲੈਣਾ। ਅਸਾਂ ਦੇ ਡੈਡੀ ਦਾ ਨਾਮ ਹਰੀਸ਼ ਚੰਦਰ ਨਹੀਂ, ਉਹਨਾਂ ਦਾ ਨਾਮ ਜੇ ਤੁਨ ਓਸ਼ਨ ਸਿੰਘ, ਤੇ ਉਹਨਾਂ ਨੇ ਅਸਾਂ ਨੂੰ ਹਮੇਸ਼ਾ ਸੱਚ ਬੋਲਣ ਦੀ ਸਿੱਖਿਆ ਦਿੱਤੀ ਹੈ। ਸੋਰੀ ਅਰਸ਼ਨ, ਮੈਂ ਐਵੇਂ ਤੇਤੇ ਗੁੱਸਾ ਕੱਢੀ ਜਾਣਾ ਹੀ ਆ। ਜੇ ਜ਼ਿੰਦਗੀ 'ਚ ਮੈਂ ਵੀ ਕਦੇ ਸੱਚ ਬੋਲਣਾ ਸਿੱਖਿਆ ਹੁੰਦਾ ਤਾਂ ਫਲਵੈਰੀ ਦੀ ਜਗ੍ਹਾ 'ਤੇ ਪੂਜਾ ਨਾਲ ਮੈਂ ਵਿਆਹ ਕਰਾਉਂਦੇ ਹੋਣਾ। ਵੀਰ ਜੀ ਤੁਸੀਂ ਰਿਸਪੈਕਟਡ ਮੈਡਮ ਨੂੰ ਸੱਚੀ ਪ੍ਰੋਬਲਮ ਕਰਦੇ ਹੋ? ਹਾਂ ਯਾਰ। ਅਤੇ ਵੀਰ ਜੀ ਤੁਸਾਂ ਦੇ ਇੱਕ ਡੋਜਨ ਚਾਟੇ ਪੈਣੇ ਚਾਹੀਦੇ। ਮੇਰਾ ਮਤਲਬ ਵੀਰ ਜੀ, ਜੇ ਤੁਸਾਂ ਦਾ ਪਿਆਰ ਸ਼ੈਂਪੀ ਦੀ ਤਰ੍ਹਾਂ ਸਵੀਟ ਅਤੇ ਪਵਿੱਤਰ ਜੇ ਨਾ, ਤਾਂ ਤੁਸਾਂ ਨੂੰ ਕਿਵੇਂ ਨਾ ਕਿਵੇਂ ਰਿਸਪੈਕਟਡ ਮੈਡਮ ਨੂੰ ਮਨਾ ਲੈਣਾ ਚਾਹੀਦਾ, ਅਤੇ ਉਹਨਾਂ ਨੂੰ ਨਾਲ ਲੈ ਕੇ ਨਾ ਪਿਜਨ ਕਬੂਤਰ ਉੱਡਣ ਫਲਾਈ ਕਰਨਾ ਚਾਹੀਦਾ ਹੈ। ਗੱਲ ਸੁਣੋ ਵੀਰ ਜੀ, ਦੇਖੋ ਇੱਕ ਡਾਲਰ ਇਕੁਅਲ ਟੂ 55 ਰੁਪੀਸ ਕਮਾਉਣਾ ਤਾਂ ਬੜਾ ਸੌਖਾ ਜੀ, ਬਟ ਇੱਕ ਦਮ ਇਕੁਅਲ ਟੂ ਟਰੂ ਲਵ ਕਮਾਉਣਾ ਬਹੁਤ ਔਖਾ ਜੀ। ਵੀਰ ਜੀ ਤੁਸੀਂ ਪਿਆਰ ਦੀ ਇਤਨੀ ਵੱਡੀ ਦਾਨ ਦੌਲਤ ਇੱਥੇ ਛੱਡ ਕੇ ਜਾ ਰਹੇ ਹੋ, ਸ਼ੇਮ 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 ਔਨ ਯੂ, ਸ਼ੇਮ ਔਨ ਯੂ, ਸ਼ੇਮ ਸ਼ੇਮ। ਗੱਲ ਤਾਂ ਤੂੰ ਸਹੀ ਕਹਿ ਰਹੇ ਯਾਰ ਸ਼ੇਮ ਵੀ, ਪਰ ਤੈਨੂੰ ਲਵ ਸ਼ਾ ਬਾਰੇ ਇੰਨਾ ਕਿੱਦਾਂ ਪਤਾ ਹੋਏ? ਵੀਰ ਜੀ ਐਸਾ ਕਿ ਅਸਾਂ ਦਾ ਨਾਮ ਲਵ ਓਸ਼ਨ ਸਿੰਘ ਹੈ। ਤੇਰੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਜਾ ਕੇ ਪੂਜਾ ਦਾ ਵਿਆਹ ਰੋਕ ਦੇਣਾ ਚਾਹੀਦਾ? ਉਹ ਬਿਲਕੁਲ ਵੀਰ ਜੀ, ਹੋਰ ਕੀ ਨਹੀਂ, ਇਹ ਜੋ